ਸਪਰਾ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਤੁਸੀਂ ਸਾਰੇ ਹੀ ਜਾਣਦੇ ਹੋ ਕੋਰੋਨਾ ਵਰਗੀ ਵੱਡੀ ਬਿਮਾਰੀ ਦੇ ਕਰਕੇ ਅੱਜ ਸਾਰਾ ਸੰਸਾਰ ਹੀ ਇਸ ਮਹਾਮਾਰੀ ਵਿੱਚ ਜੂਝ ਰਿਹਾ ਹੈ ਅਤੇ ਪੂਰੇ ਸੰਸਾਰ ਦੇ ਕਈ ਦੇਸ਼ਾਂ ਵਿੱਚ ਲੋਕਡਾਊਨ ਚੱਲ ਰਿਹਾ ਹੈ। ਇਸ ਲੋਕਡਾਊਨ ਦੇ ਚੱਲਦੇ ਧਾਰਮਿਕ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਇਕੱਠ ਨਹੀਂ ਕੀਤਾ ਜਾਣ ਦੇ ਰਿਹਾ ਤਾਂ ਜੋ ਇਹ ਬਿਮਾਰੀ ਦੇ ਵਿੱਚ ਹੋਰ ਵਾਧਾ ਨਾ ਹੋ ਸਕੇ। ਜਿੱਥੇ ਹਰ ਸਾਲ ਦੀ ਤਰ੍ਹਾਂ ਮਈ ਦੇ ਅਖੀਰਲੇ ਹਫ਼ਤੇ ਵਿੱਚ ਸ਼੍ਰੀ ਹੇਮਕੁੰਟ ਸਾਹਿਬ ਦੇ ਕੁਆਰ ਖੁੱਲ੍ਹ ਜਾਂਦੇ ਹਨ। ਅੱਜ ਇਸ ਲੋਕਡਾਊਨ ਦੇ ਚੱਲਦੇ ਹੋਏ ਸ਼੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਦੀ ਟਰੱਸਟ ਦਾ ਕੀ ਕਹਿਣਾ ਹੈ, ਆਓ ਤੁਹਾਨੂੰ ਵੀ ਦਿਖਾਉਂਦੇ ਹਾਂ। ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਰੋਨਾ ਵਾਇਰਸ ਦੇ ਚੱਲਦਿਆਂ ਅਤੇ ਸਾਰੇ ਹੀ ਦੇਸ਼ ਵਿੱਚ ਲੋਕਡਾਊਨ ਲਗਾਉਣ ਕਾਰਨ ਇਸ ਸਾਲ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਵੱਲੋਂ ਯਾਤਰਾ ਦੀ ਕੋਈ ਵੀ ਤਾਰੀਖ ਨਿਰਧਾਰਿਤ ਨਹੀਂ ਕੀਤੀ ਗਈ। ਇਸ ਸਾਲ ਬਰਫ਼ ਵੀ ਜ਼ਿਆਦਾ ਕਾਫ਼ੀ ਜ਼ਿਆਦਾ ਮਾਤਰਾ ਵਿੱਚ ਹੋਣ ਕਾਰਨ ਨਾ ਤਾਂ ਗੁਰਦੁਆਰਾ ਸਾਹਿਬ ਦਾ ਕੋਈ ਸਟਾਫ ਮੈਂਬਰ ਅਤੇ ਨਾ ਹੀ ਆਰਮੀ ਦਾ ਮੈਂਬਰ ਅਜੇ ਤੱਕ ਕੋਈ ਸ਼੍ਰੀ ਹੇਮਕੁੰਟ ਸਾਹਿਬ ਦੇ ਰਸਤੇ ਦੀ ਰੈਕੀ ਕਰਨ ਲਈ ਜਾ ਸਕਿਆ, ਕਿਉਂਕਿ ਸਟਾਫ ਵੀ ਸਾਰਾ ਥੱਲੇ ਤੋਂ ਹੀ ਆਉਣਾ ਹੈ ਔਰ ਆਰਮੀ ਜਿਹਨੇ ਜਿਹੜੀ ਕਿ ਸੇਵਾ ਕਰਦੀ ਆ ਉਹਨਾਂ ਨੇ ਵੀ ਜ਼ਿਆਦਾ ਜਿਹੜੀ ਹੈ ਉਹ ਥੱਲੇ ਤੋਂ ਹੀ ਆਉਣਾ। ਸੋ ਆਪ ਸਭ ਨੂੰ ਬੇਨਤੀ ਹੈ ਕਿ ਆਪ ਘਰਾਂ ਵਿੱਚ ਰਹਿ ਕੇ ਲੋਕਡਾਊਨ ਦਾ ਪਾਲਣ ਕਰੋ। ਜਿਉਂ ਹੀ ਲੋਕਡਾਊਨ ਖੁੱਲ੍ਹੇਗਾ ਅਤੇ ਸਰਕਾਰ ਦੇ ਜੋ ਵੀ ਦਿਸ਼ਾ ਨਿਰਦੇਸ਼ ਆਉਣਗੇ ਉਹਨਾਂ ਨੂੰ ਧਿਆਨ ਵਿੱਚ ਰੱਖ ਕੇ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਇਸ ਸਾਲ ਦੀ ਯਾਤਰਾ ਦੀ ਤਾਰੀਖ ਤੈਅ ਕਰੇਗਾ। ਸੇ ਉਦੋਂ ਤੱਕ ਆਪ ਆਪਣੇ ਘਰਾਂ ਵਿੱਚ ਰਹੋ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।